ਭੋਜਪੁਰੀ ਅਦਾਕਾਰ ਰਵੀ ਕ੍ਰਿਸ਼ਨ ਐਤਵਾਰ ਨੂੰ ਭਾਜਪਾ ਵਿੱਚ ਸ਼ਾਮਿਲ ਹੋ ਗਏ ਨੇ। ਜਾਣਕਾਰੀ ਮੁਤਾਬਕ ਰਵੀ ਕਿਸ਼ਨ ਸਵੇਰੇ 10 ਵਜੇ ਦਿੱਲੀ ਸਥਿਤ ਪਾਰਟੀ ਆਫਿਸ ਵਿੱਚ ਅਮਿਤ ਸ਼ਾਹ ਦੀ ਮੌਜੂਦਗੀ ਵਿੱਚ ਪਾਰਟੀ ਵਿੱਚ ਸ਼ਾਮਿਲ ਹੋਏ। ਦੱਸਣਯੋਗ ਹੈ ਕਿ ਰਵੀ ਕਿਸ਼ਨ 2014 ਦੇ ਲੋਕ ਸਭਾ ਚੋਣਾਂ ਲਈ ਕਾਂਗਰਸ ਦੀ ਟਿਕਟ ਤੇ ਜੌਨਪੁਰ ਤੋਂ ਚੋਣਾਂ ਲੜੀਆਂ ਸਨ, ਪਰ ਉਹ ਭਾਜਪਾ ਦੇ ਕੇਪੀ ਸਿੰਘ ਤੋਂ ਹਾਰ ਗਏ ਸਨ। 2014 ਲੋਕ ਸਭਾ ਚੋਣਾਂ ਦੇ ਦੌਰਾਨ ਦਾਇਰ ਕੀਤੇ ਗਏ ਰਵੀ ਦੇ ਤਸਦੀਕੀ ਦਸਤਾਵੇਜ਼ ਮੁਤਾਬਕ ਉਹਨਾਂ ਦੀ ਕੁੱਲ ਜਾਇਦਾਦ 14,02,99,942 ਰੁਪਏ ਹੈ। ਕੁੱਲ ਕੈਸ਼ ਜਾਇਦਾਦ ਵਿੱਚ ਉਹਨਾਂ ਕੋਲ 11,09,373 ਰੁਪਏ ਹੈ। ਜੋ ਉਨਕਾ ਸਮਰਪਣ ਗਰੀਬੋਂ ਕੇ ਪ੍ਰਤੀ ਜੋ ਸਮਰਪਣ ਤੋ ਹਰ ਪੁਆਇੰਟ ਆਫ ਵਿਊ ਸੇ ਮੁਝੇ ਬਹੁਤ ਅੱਛੇ ਲਗੇ ਔਰ ਮੈਂ ਸਹੀ ਜਗ੍ਹਾ ਪਰ ਆ ਗਿਆ ਜੀ। ਮੈਂ ਸ਼ੂਟਿੰਗ ਕਰ ਰਹਾ ਹੂੰ ਬਰੇਲੀ ਮੈਂ ਔਰ ਵਹਾਂ ਸੇ ਫਿਰ ਮੈਂ ਪ੍ਰਚਾਰ ਕੀ ਔਰ ਡੈਫੀਨੇਟਲੀ ਜਾਊਂਗਾ। ਅਬ ਆਲ ਇੰਡੀਆ ਪ੍ਰਚਾਰ ਹੋਗਾ ਕਿਉਂਕਿ ਮੈਂ ਹਰ ਭਾਸ਼ਾ ਮੈਂ ਤੇਲਗੂ ਮੈਂ ਵੀ ਕਾਮ ਕਰਤਾ ਹੂੰ, ਕੰਨੜ ਮੈਂ ਵੀ ਕਰਤਾ ਹੂੰ, ਗੁਜਰਾਤੀ ਮੈਂ ਵੀ, ਤੋ ਪੂਰੇ ਭਾਰਤ ਵਰਸ਼ ਮੈਂ ਪ੍ਰਚਾਰ ਕਰੂੰਗਾ। ਫਿਲਹਾਲ ਇਹ ਪ੍ਰਚਾਰ ਇਹ ਚੂੰਕਿ ਇਹ ਸਰ ਪਰ ਹੈ ਚੁਣਾਵ, ਤੋ ਯਹਾਂ ਪਰ ਸ਼ੁਰੂਆਤ ਕਰੂੰਗਾ ਪੂਰਵਾਂਚਲ ਮੈਂ। ਹਮਸੇ ਕੋਈ ਐਸਾ ਸੌਦੇਬਾਜ਼ੀ ਨਹੀਂ ਹੋਈ ਹੈ ਕਿ ਆਪ ਯਹਾਂ ਸੇ ਆਈ ਔਰ ਇਸ ਲਈ ਆਪਕੋ ਲਾ ਰਹੇ ਹੈ ਕਿ ਆਪ ਪੂਰਵਾਂਚਲ ਮੈਂ ਆਪਕੋ ਰਗੜਾ ਜਾਏਗਾ, ਐਸਾ ਕੁਛ ਕਹਾ ਨਹੀਂ ਗਿਆ ਆਪਕੋ। ਭਈਆ ਹੋ ਹਮ ਆ ਗਏ ਲਈ ਔਰ ਸਹੀ ਪਾਰਟੀ ਮੈਂ ਆ ਗਏ ਲਈ, ਤੋ ਚੁਣਾਵ ਚਲਾ ਤਾ ਔਰ ਇਹ ਪਾਰਟੀ ਹਮ ਜੁਆਇਨ ਕੇ ਲਏ ਹੈ, ਤੋ ਆਪ ਲੋਗਨ ਕੇ ਵੀ ਸਮਝ ਮੈਂ ਆ ਗਏ ਹੋਈ ਕਿ ਕਾ ਕਾਰਨ ਹੋਈ। ਆਪ ਲੋਗਨ ਕੇ ਭਲੇ ਖਾਤਿਰ, ਆਪ ਲੋਗਨ ਕੇ ਪੂਰਵਾਂਚਲ ਕੇ, ਉੱਤਰ ਪ੍ਰਦੇਸ਼ ਕੇ ਬੜਾਏ ਖਾਤਿਰ, ਬਿਹਾਰ ਕੇ ਬੜਾਏ ਖਾਤਿਰ, ਅਪਨ ਭੋਜਪੁਰੀਆ ਸਮਾਜ ਔਰ ਸਮਸਤ ਹਿੰਦੁਸਤਾਨ ਕੇ ਬੜਾਏ ਖਾਤਿਰ ਇਹ ਪਾਰਟੀ ਕੇ ਜੁਆਇਨ ਕੇ ਲਈ, ਕਾਹੇ ਕਿ ਆਪ ਲੋਗ ਹੀ ਹਮਕੋ ਬਣਾਏ ਸੁਪਰ ਸਟਾਰ, ਆਪ ਹੀ ਲੋਗ ਭਗਵਾਨ ਹੈ। ਅਬ ਇਹ ਟਾਈਮ ਹੈ ਕਿ ਆਈ ਪੇ ਬੈਕ ਟਾਈਮ ਹੈ ਕਹਲ ਜਾਲਾ ਔਰ ਮੈਂ ਉਸ ਹਿਸਾਬ ਸੇ ਆਈ ਐਮ ਹਿਅਰ ਔਰ ਆਪ ਲੋਗ ਸਮਝ ਸਕਤੇ ਹੈ ਕਿ ਬਹੁਤ ਬੜੀਆਂ ਪਾਰਟੀ ਕੇ ਹਮ ਜੁਆਇਨ ਕੇ ਲਈ, ਤੋ ਜੌਨ ਆਏ ਵਾਲਾ ਚੁਣਾਵ ਬਾ ਆਪ ਲੋਗ ਸਿਰਫ ਔਰ ਸਿਰਫ ਬੀਜੇਪੀ ਕੋ ਵੋਟ ਡਾਲੇ। ਦਿਸ ਇਜ਼ ਮਾਈ ਰਿਕੁਐਸਟ, ਹੱਥ ਜੋੜ ਕੇ ਹਮਾਰੀ ਨਿਹੋਰਾ।